लो जी फाइनली हुण आपां पहुंच गए हैं डायमंड लेक ते इत्थों दी उत्ते नूं वॉक है 10 मिनट दी वॉक है कहिंदे आ इह वी 10 मिनट दी आ अपने लोकां लई तां 15 20 भी हो सकदी है क्योंकि आपां रोज दे खिडारी नहीं ना हाइकिंग करन दे ऊंचाइयां वालियां वॉक्स करन दे ते पर आ गोरे आ जिहड़े पिछ पहलां जाके आए साडे तों फीडबैक दे के कहा कहिंदा बहुत ज़्यादा सोहणी है सो गो अप एंड एंजॉय चलो आपां देखदे आ वी सच्ची हैगी है कि नहीं की फीलिंग दिंदी है लैट्स गो आ जाओ जी पिंजरे ट्रैप करने उत्ते लेके नहीं जा सकते देखो जी पिछे एंडी होया पिया बदल ही बदल तिलकन भी घाते ऊंचाइयां आई जांदियां व्यू सोहने हो जांदे लगता रॉक क्लाइंबिंग करते कुछ भी सारे तरह के अड अड शूज है ना कपड़े ठंड तो बचाने वाले थर्मो ता करके आप लोग मार खा रहे थोड़ा जा उतर भी नहीं आती हाइक 10 मिनट तो हो भी गए 30 मिनट का लगता सफर बड़िया लंबिया राह ने सतिंदर तो सरताज दिया हाल है मुकदा ही नहीं पिया मैं थले ही कहता सी अपने अर्गिया लई नहीं 10 मिनट होंगी पता नहीं कि ਆਪਾਂ ਟਰੈਕ ਨਹੀਂ ਜਾਣਾ ਆਈ ਥਿੰਕ ਟਰੈਕ ਲੰਬਾ ਸੀ ਔਰ ਰੌਕੀ ਮਾਊਂਟੇਨ ਨੂੰ ਜਾਂਦਾ ਔਰ ਰੌਕੀ ਮਾਊਂਟੇਨ ਵਾਲਾ ਟਰੈਕ ਚਲੋ ਚਾਲ ਚਲੋ ਚਾਲ ਲੱਗਦੀ ਹੈ ਜੀ ਥੋੜੀ ਥੋੜੀ ਆ ਗਈ ਹੈ ਝਲਕ ਜੀ ਉਧਰੋਂ ਤੁਹਾਨੂੰ ਵੀ ਦਿਖ ਰਹੀ ਹੋਊਗੀ ਹਲਕੀ ਹਲਕੀ ਤਾਂ ਦਰਖਤ ਦੇ ਪਿੱਛੇ ਰਿਫਲੈਕਸ਼ਨ ਆ ਰਹੀ ਹੈ ਉਹਦੀ ਡਾਇਮੰਡ ਲੇਕ ਦੀ ਬਣਾਈ ਕਿੱਥੇ ਯਾਰ ਜਾ ਕੇ ਇਹਨਾਂ ਨੇ ਥੋੜੀ ਬਣਾਈ ਹੈ ਵਾਹਿਗੁਰੂ ਨੇ ਬਣਾਈ ਹੈ जंगलों एक पट्टा जिहा ला के पुली बस फीडबैक जरूर देंदे रहे हो भी वीडियो तुहानू किवें लगियां हुण तक जिन्नियां भी देखियां ते जिन्नियां भी हजे आउणियां प्लीज़ फीडबैक जरूर दिओ शेयर करो लाइक करो इस तों बाद हजे साडे होर पए आ दो दिन डेढ़ तो दो दिन पए आ अप्रोक्सीमेटली ते हजे आपां उत्ते नूं जाणा ग्रे माउथ नैलसन कनी नूं जंगल ही जंगल आ पता नहीं कित्थे जा के आ मीह आ गया हुण तां लुकण नूं भी थां नहीं हैगी मीह च हवा पूरी तेज है गुजी धागे लंघ गया नेरी बनाया जाता पहुंच गए
ਲੱਗਦਾ ਅੱਗੇ ਆਉਂਦੀ ਆ ਓਕਾ ਹੁਣ ਵੈਸੇ ਤਾਂ ਜੀ ਨਾਲ ਨਾਲ ਡਾਇਮੰਡ ਲੇਕ ਹੀ ਚੱਲ ਰਹੀ ਹੈ ਪਰ ਪ੍ਰੋਪਰ ਦਿਖ ਨਹੀਂ ਰਹੀ ਕਿਉਂਕਿ ਇੱਥੇ ਪਲਾਂਟਸ ਬਹੁਤ ਜ਼ਿਆਦਾ ਅਸੀਂ ਪ੍ਰੋਪਰ ਸਪੋਟ ਲੱਭਣ ਦੀ ਕੋਸ਼ਿਸ਼ 'ਚ ਹਾਂ ਵੀ ਜਿੱਥੇ ਆਪਾਂ ਖੜ ਸਕੀਏ ਵੀਡੀਓ ਬਣਾ ਸਕੀਏ ਕੈਂਪਿੰਗ ਦਾ ਬੜਾ ਮਸਲਾ ਇੱਥੇ ਕਿਤੇ ਵੀ ਗੱਡੀ ਤੁਸੀਂ ਐਂ ਲਾ ਨਹੀਂ ਸਕਦੇ ਜਿਵੇਂ ਕਿ ਜਿਹੜੀ ਜਿਹੜੀ ਆਪਣੇ ਕੋਲ ਕੈਂਪਰ ਵੈਨ ਹੈ ਹੁਣ ਆਪਾਂ ਐਂ ਨਹੀਂ ਵੀ ਕਿਤੇ ਵੀ ਪਾਰਕ ਕਰਤੀ ਅਤੇ ਜਾਂ ਤਾਂ ਸਟਰੀਟ ਸਟੂਟ 'ਚ ਕਰਨੀ ਪੈਂਦੀ ਹੈ ਜਾਂ ਪ੍ਰੋਪਰ ਗਰਾਊਂਡ ਬਣਿਆ ਉਹਨਾਂ 'ਚ ਦੋ ਤਰ੍ਹਾਂ ਦੇ ਗਰਾਊਂਡ ਹੁੰਦੇ ਆ ਜਿਵੇਂ ਇੱਕ ਫ੍ਰੀ ਗਰਾਊਂਡ ਹੁੰਦੇ ਆ ਅਤੇ ਇੱਕ ਪੇਡ ਗਰਾਊਂਡ ਹੁੰਦੇ ਆ ਜਿੱਥੇ $21 ਲੱਗਦੇ ਆ ਇੱਕ ਓਵਰਨਾਈਟ 'ਤੇ ਉਹ ਤੁਸੀਂ ਗੱਡੀ ਪਾਰਕ ਕਰਕੇ ਪਾਣੀ ਭਰ ਸਕਦੇ ਹੋ ਅਤੇ ਪਾਵਰ ਵੀ ਮਿਲ ਜਾਂਦੀ ਹੈ ਅਤੇ ਫ੍ਰੀ ਵਾਲੀ 'ਚ ਸਿਰਫ ਪਾਣੀ ਹੁੰਦਾ ਅਤੇ ਜਾਂ ਸ਼ਾਵਰ ਸ਼ੂਵਰ ਕੁਛ ਨਹੀਂ ਹੁੰਦਾ ਉੱਥੇ ਇਹ ਜ਼ਰੂਰ ਇੱਕ ਟਰਬਲ ਫੇਸ ਕਰੀ ਕਿਉਂਕਿ ਆਪਾਂ ਦੁਨੀਆ ਤੋਂ ਦੂਰ ਆਏ ਹਾਂ ਘੁੰਮਣ ਲੋਕਾਂ ਤੋਂ ਦੂਰ ਲੋਕਾਂ 'ਚ ਹੀ ਰਹਿਣਾ ਸੀ ਤਾਂ ਔਕਲੈਂਡ ਵੀ ਸੀਗੇ ਤਾਂ ਅਸੀਂ ਆਪਦੀ ਜਿਹੜੀ ਕੈਂਪਰ ਵੈਨ ਪਾਰਕ ਕਰਨੀ ਹੁੰਦੀ ਉਹ ਇਕੱਲਿਆਂ ਨੇ ਕਰਨੀ ਹੁੰਦੀ ਹੈ ਸਵੀਟ ਜੀ 'ਤੇ ਅੰਟਲ ਸਾਨੂੰ ਵਾਟਰ ਫਿਲ ਕਰਨਾ ਜਾਂ ਕੁਛ ਚਾਹੀਦਾ ਫਿਰ ਅਸੀਂ ਉੱਥੇ ਪਾਰਕ ਕਰੀ ਦੀ ਹੈ ਪੇ ਕਰਕੇ ਇੱਕ ਦਿਨ ਕਿਸੇ ਨੇ ਖੜਕਾਤੀ ਸੀ ਇੱਥੇ ਤੁਸੀਂ ਲਾ ਨਹੀਂ ਸਕਦੇ ਥਾਂ ਥਾਂ 'ਤੇ ਇਹਨਾਂ ਲਾ ਰੱਖਿਆ ਨੋ ਕੈਂਪਿੰਗ ਬਸ ਗੱਡੀ ਖੜਨ ਨੂੰ ਵੀ ਨੋ ਕੈਂਪਿੰਗ ਕਹਿ ਦਿੰਦੇ ਆ ਆ ਜੀ ਡਾਇਮੰਡ ਲੇਕ ਦਾ ਵਿਊ ਥੱਲੋਂ ਅਤੇ ਡਾਇਮੰਡ ਲੇਕ ਦੇ ਕਿਨਾਰੇ ਜੀ ਇੱਕ ਐਪਲ ਟ੍ਰੀ ਲੱਗਿਆ ਹੋਇਆ ਜੇ ਤੁਹਾਨੂੰ ਦਿਖ ਰਹੇ ਹੁਣ ਐਪਲ ਲੱਗੇ ਉੱਥੇ ਆ ਦੇਖ ਨੈਚੁਰਲੀ ਗਰੋਨ ਐਪਲਸ ਹੁਣ ਭਾਈ ਸਾਹਿਬ ਕਹਿੰਦੇ ਮੈਂ ਐਪਲ ਖਾਣਾ ਆ ਜੀ ਹੁਣ ਮਾੜਾ ਜਿਹਾ ਤੀਰ ਮਿਲਿਆ ਇੱਥੇ ਵੀ ਲੇਕ ਲੁੱਕਆਊਟ ਉੱਪਰ ਹੈ ਸੋ ਆਪਾਂ ਇੱਧਰੋਂ ਆਏ ਹਾਂ ਘੁੰਮ ਕੇ ਉੱਧਰ ਦੀ ਘੁੰਮ ਕੇ ਅਤੇ ਹੁਣ ਪੁੱਤਰ ਨੂੰ ਦੇਖਦੇ ਹਾਂ ਜਾ ਕੇ ਕਿੰਨੀ ਕੁ ਹਜੇ ਉਚਾਈ ਰਹਿ ਗਈ ਹੈ ਉੱਪਰ ਆ ਉਹ ਕਹਿੰਦੇ ਸਾਈਨ ਲੱਗਿਆ ਲੇਕ ਲੁੱਕਆਊਟ ਬਹੁਤ ਸਲਿੱਪਰੀ ਆ ਧਿਆਨ ਨਾਲ ਇੱਥੇ ਗੁਫਾ ਆ ਗਈ ਜੀ ਖੁੱਲ ਜਾ ਸਿਮਸਿਮ ਵਾਲੀ ਖੁੱਲ ਜਾ ਸਿਮਸਿਮ ਆਪਾਂ ਤਾਂ ਲੈਫਟ ਲੈ ਲੈਣਾ ਜੀ ਗੁਫਾ ਤੋਂ ਕਈ ਵੀਡੀਓ ਨਾ ਚਾਹੁੰਦੇ ਵੀ ਬੜੀਆਂ ਲੰਬੀਆਂ ਹੋ ਜਾਂਦੀਆਂ ਹਨਾ ਮੈਨੂੰ ਹੁੰਦਾ ਵੀ ਜਿੰਨਾ ਵੀ ਦਿਖਾਇਆ ਜਾ ਸਕਦਾ ਵਧੀਆ ਚੀਜ਼ ਉਹ ਦਿਖਾਈ ਜਾਵੇ ਇਕੱਲਾ ਵਿਊ ਹੀ ਨਹੀਂ ਦੇਖਣ ਵਾਲਾ ਹੁੰਦਾ ਕਈ ਵਾਰ ਰਾਹ ਵੀ ਦੇਖਣ ਵਾਲੇ ਹੁੰਦੇ ਆ ਆਹ ਦੇਖੋ ਜੀ ਗੋਰੇ ਹਾਈਕ ਕਰਦੇ ਇੰਨੇ ਚੰਗੇ ਲੋਕ ਸਾਰੇ ਬੁਲਾ ਕੇ ਜਾਣਗੇ ਪੌੜੀਆਂ ਬੜੀਆਂ ਬਣਾਈਆਂ ਜੀ ਸਾਹ ਚੜਾ ਛੱਡਿਆ ਇਹਨਾਂ ਨੇ ਕੀ ਗੁਰਜੀਤ ਕਹਿੰਦਾ ਜੀ ਥੋੜਾ ਹੀ ਰਹਿ ਗਿਆ ਇਹ ਤਾਂ ਜੀ ਹੌਸਲੇ ਦੇਣ ਵਾਲੀਆਂ ਗੱਲਾਂ ਕਰਦਾ ਆਹ ਪੌੜੀਆਂ ਤੋਂ ਬਾਅਦ ਪਹੁੰਚ ਗਏ ਬੱਸ ਹੀ ਕਰਾਤੀ ਜੀ ਆਹ ਜੀ ਥੋੜ੍ਹਾ ਜਿਹਾ ਵਿਊ ਡਾਇਮੰਡ ਲੇਕ ਦਾ ਪਰ ਮੈਨੂੰ ਲੱਗਦਾ ਨਹੀਂ ਹਜੇ ਆਪਾਂ ਪ੍ਰੋਪਰ ਚੜ੍ਹੇ ਹਾਂ ਉੱਪਰ ਦੇਖਦੇ ਹਾਂ ਜੀ ਰਾਹ ਮੁੱਕਿਆ ਨਹੀਂ ਪੌੜੀਆਂ ਨਹੀਂ ਮੁੱਕਦੀਆਂ ਗੁਰਜੀਤ ਪੌੜੀ ਪੌੜੀ ਹੋਈ ਪਈ ਹੈ ਅੱਜ ਤਾਂ ਭਰਾਵਾ ਇਹਨਾਂ ਨੇ ਸਾਡੇ ਨਾਲ ਉਹ ਕਰੀ ਵੀ ਕਹਿ ਕੇ ਰਾਈਸ ਲਿਆ ਕੇ ਚੌਲ ਦਾ ਉੱਤੇ ਨਾ ਚੌਲਾਂ ਦਾ ਸਵਾਦ ਨਾ ਰਾਈਸ ਦਾ ਡੇਰੇ ਲਾ ਲਈਏ ਇੱਥੇ ਦੇਖੋ ਜੀ ਹਜੇ ਵੀ ਪੌੜੀ ਪੌੜੀ ਹੋਈ ਪਈ ਹੈ 5 ਮਿੰਟ ਹੋ ਗਏ ਪੌੜੀਆਂ ਚੜ੍ਹਦੇ ਨੂੰ ਹੋਰ ਆ ਜਾਂਦੀਆਂ ਪੌੜੀਆਂ ਮੁੱਕਣ ਦਾ ਨਾਂ ਹੀ ਨਹੀਂ ਲੈ ਰਹੀਆਂ ਜੀ ਉਹ ਥੱਲੇ ਦੇਖੋ ਉਹ ਹੈ ਥੋੜ੍ਹੀ ਥੋੜ੍ਹੀ ਦਿਖਦੀ ਹੈ ਡਾਇਮੰਡ ਲੇਕ ਦਿਖਦੀ ਹੈ ਵੈਸੇ ਵੀਡੀਓ 'ਚ ਨਹੀਂ ਦਿਖ ਰਹੀ ਫੀਲਿੰਗ ਤਾਂ ਲਓ ਆ ਰਹੇ ਹਾਂ ਆਪਾਂ ਜਾ ਰਹੇ ਹਾਂ ਲੈਟਸ ਗੋ ਫਾਈਨਲੀ ਜੀ ਖੁਸ਼ਖਬਰੀ ਆਈ ਹੈ ਵੀ ਗੁਰਜੀਤ ਅੱਗੇ ਆ ਕਹਿੰਦਾ ਮੁੱਕ ਗਈਆਂ ਪੌੜੀਆਂ ਅਤੇ ਕਹਿੰਦਾ ਐਂਡ ਹੋਇਆ ਪਿਆ ਅੱਗੇ ਦੇਖਦੇ ਹਾਂ ਕਿਹੜਾ ਐਂਡ ਹੈ ਸਿਰਫ ਪੌੜੀਆਂ ਹੀ ਮੁੱਕੀਆਂ ਜੀ ਰਾਹ ਤਾਂ ਹਜੇ ਮੁੱਕਿਆ ਨਹੀਂ ਜਿਹੜਾ ਸਾਡਾ ਗਾਈਡ ਹੈ ਨਾ ਮੂਹਰੇ ਵਾਲਾ ਆਹ ਇਹ ਸਾਨੂੰ ਮਿਸਲੀਡ ਕਰ ਰਿਹਾ ਜੀ ਮੈਨੂੰ ਲੱਗਦਾ ਪੀਕ ਤੇ ਪਹੁੰਚ ਗਏ ਵਿਊ ਦੇਖਣ ਆਏ ਸੀ ਦੋ ਟਰੈਕ ਸੀਗੇ ਜੀ ਇੱਕ ਪੀਕ ਵਾਲਾ ਇੱਕ ਵਿਊ ਵਾਲਾ ਪਹਾੜ ਦੇਖੋ ਜੀ ਪਹਾੜਾਂ ਤੇ ਸ਼ਾਨ ਦੇਖੋ ਪੈਂਦੀ ਬੱਦਲਾਂ ਦੀ ਉਹ ਬੈਠੇ ਆ ਬਾਈ ਹਰੇ ਆ ਗਿਆ ਜੀ
स्पॉट फिर फाइनली फिर तक वो देख लो। लो जी सबर का फल कहते मिठा होंगे है। फाइनली आप टॉप से पहुंच गए हैं। सच्ची च बहुत सोहना व्यू है इतों एंड ही हो दिखा दी आप डायमंड लेक साड़ी परसनल थॉट आए हैं भी डायमंड लेक इसका नाम तां रखा गया क्योंकि इसकी शेप में भी डायमंड वांगू है। देखो जी इधर भी हरियाली पूरा डूंगा उधर भी ग्रीनरी ना देखो कितना पहाड़ बदल ही बदल है। देखो जी ए इतों आप गलत राह ले लिया सीगा आप इधर नू हो गए सीगे आप लैफ्ट ले लिया राइट जाना सीगा तां करके थोड़ा जिहा वध टाइम लग गया पर सारिया स्टेज तो आपां नू आउणियां ही पैणियां सी उपर पर सच्ची बहुत एंड व्यू आ। ये सीगी जी डायमंड लेक होपफुली सानू सारयां नू पसंद आई होगी। प्लीज़ कमेंट करके दस्यो सानू डायमंड लेक किदां दी लगी ते हुण आपां चलदे हां अपने नैक्सट डेस्टिनेशन स्पॉट के उत्ते। वीडियो दे विच बने रहो मिलदे हां जी।